ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਆਏ ਦਿਨ ਕਾਂਗਰਸੀਆਂ ਵੱਲੋਂ ਅਕਾਲੀ ਵਰਕਰਾਂ ਦੇ ਕੀਤੇ ਜਾ ਰਹੇ ਕਤਲ ਦਾ ਗੰਭੀਰ ਨੋਟਿਸ ਲਿਆ ਹੈ। ਕੈਪਟਨ ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਅਕਾਲੀ ਦਲ ਸੜਕਾਂ ਤੇ ਉਤਰੇਗਾ। ਸੁਖਬੀਰ ਬਾਦਲ ਅੰਮ੍ਰਿਤਸਰ ਦੇ ਪਿੰਡ ਚੀਤੇ ਚੇਰ ਸਿੰਘਵਾਲਾ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਕਤਲ ਕੀਤੇ ਗਏ ਅਕਾਲੀ ਸਰਪੰਚ ਗੁਰਪਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ। ਸੁਖਬੀਰ ਬਾਦਲ ਨੇ ਮ੍ਰਿਤਕ ਸਰਪੰਚ ਦੇ ਪਰਿਵਾਰ ਨੂੰ ਪਾਰਟੀ ਵੱਲੋਂ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। ਕਾਂਗਰਸ ਤੇ ਹਮਲਾ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਨੂੰ ਸੱਤਾ ਵਿੱਚ ਅਜੇ ਲਗਭਗ 1 ਮਹੀਨਾ ਹੋਇਆ ਅਤੇ ਇਸ ਸਮੇਂ ਦੌਰਾਨ ਹੀ ਕਾਂਗਰਸ ਦਾ ਅਸਲ ਚਿਹਰਾ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਪੰਜਾਬ ਦੀ ਹੈ ਜਿਵੇਂ ਅੱਜ ਰੋਜ਼ ਕਤਲ ਹੋ ਰਹੇ ਹੈ, ਜਿਵੇਂ ਉੱਥੇ ਮੈਂ ਅੰਮ੍ਰਿਤਸਰ ਹੁਣੇ ਆਇਆ, ਜਿੰਨੀਆਂ ਸਨੈਚਿੰਗ ਇੱਥੇ ਪਿਛਲੇ ਮਹੀਨੇ 'ਚ ਇੱਥੇ ਹੋਈਆਂ, ਸਰਕਾਰ ਤਾਂ ਲੱਗਦੀ ਨਹੀਂ ਕੋਈ ਸਰਕਾਰ ਹੈ। ਕਾਂਗਰਸ ਬੜੇ ਲੋਕਾਂ ਨੇ ਉਮੀਦ ਨਾਲ ਕਾਂਗਰਸ ਨੂੰ ਵੋਟਾਂ ਪਾਈਆਂ ਸੀ, ਪਰ ਇਹ ਸੋਚਿਆ ਨਹੀਂ ਸੀ ਕਿ 1 ਮਹੀਨੇ ਦੇ ਅੰਦਰ ਅੰਦਰ ਕਾਂਗਰਸ ਦਾ ਅਸਲੀ ਚਿਹਰਾ ਸਾਹਮਣੇ ਆਜੂਗਾ। ਇਹੀ ਕਾਰਨ ਹੈ ਕਿ ਪੂਰੇ ਦੇਸ਼ ਵਿੱਚ ਹੁਣ ਕਾਂਗਰਸ ਦਾ ਸਫਾਇਆ ਹੋ ਰਿਹਾ। ਤੋ ਇਸ ਕਰਕੇ ਮੈਂ ਹੁਣੇ ਮੈਂ DGP ਸਾਹਿਬ ਨਾਲ ਵੀ ਮੈਂ ਗੱਲ ਕਰ ਰਿਹਾ, ਮੈਂ ਕੀਤੀ ਵੀ ਸਵੇਰੇ ਵੀ ਕੀਤੀ ਹੈ, ਅਤੇ ਮੈਂ SSP ਨੂੰ ਜੇ ਨਾ ਇਹਨਾਂ ਨੇ ਬੰਦੇ ਫੜੇ ਤਾਂ ਅਕਾਲੀ ਦਲ ਇੱਥੇ ਪੂਰਾ ਡਟ ਕੇ ਇੱਥੇ ਧਰਨਾ ਲਾਊਗਾ ਅਤੇ ਉਦੋਂ ਤੱਕ ਸੜਕਾਂ ਜਾਮ ਕਰੂਗਾ ਜਿੰਨਾ ਤੱਕ ਬੰਦੇ ਫੜੇ ਜਾਂਦੇ।